ਜਸ਼ਨ ਜੀ ਮੇਰੇ ਸਭ ਕੁਛ ਸੀ ਸੋਰੇ ਵੀਰੇ, ਇੱਕ ਵਾਰ ਦੇਖ ਲੈਣ ਦੋ ਮੈਨੂੰ। ਜਸ਼ਨ ਜੀ ਜਮੀਨ ਦਬਾ ਜਾ, ਤੂੰ ਪਹਿਲੇ ਰਿਸ਼ਤੇ ਨਾਲ ਮਾਨ ਨਹੀਂ ਰੱਖਿਆ, ਜਾ ਇੱਧਰ। ਪਾਪਾ ਜੀ ਸਵਰੇਨ ਪੁੱਤਰ ਜੀ, ਮੈਂ ਤੁਹਾਡਾ ਦਰਦ ਸਮਝ ਸਕਦਾ, ਪਰ ਤੁਸੀਂ ਮੇਰੇ ਜਸ਼ਨ ਦੀ ਮਿੱਟੀ ਨਾ ਖਰਾਬ ਕਰੋ। ਉਹਦੀ ਅੰਤਿਮ ਯਾਤਰਾ ਚ ਕੋਈ ਤਮਾਸ਼ਾ ਨਾ ਕਰੋ, ਚਲੇ ਜਾਓ ਇੱਥੋਂ। ਚਟਾਨੀ ਜੀ ਸਵਰੀ, ਮੈਂ ਤੇਰਾ ਦਰਦ ਸਮਝ ਸਕਦੀ, ਮੈਂ ਇਹਦੇ ਚ ਕੁਛ ਨਹੀਂ ਕਰ ਸਕਦੀ। ਇੱਕ ਪਿਓ ਇੱਕ ਭਰਾ ਦੇ ਦੁਖੀ ਦਿਲ ਨੂੰ ਮੈਂ ਹੋਰ ਦੁਖੀ ਨਹੀਂ ਕਰ ਸਕਦੀ, ਉਹਨਾਂ ਦੀ ਮਰਜ਼ੀ ਦੇ ਖਿਲਾਫ ਨਹੀਂ ਜਾ ਸਕਦੀ। ਤੂੰ ਆਪਣੇ ਪੈਰ ਤੇ ਆਪ ਕੁਹਾੜਾ ਮਾਰੇ, ਆਪ ਤੇ ਕੁਛ ਨਹੀਂ ਕਰ ਸਕਦੀ। ਗਾਜ ਇਹਨੂੰ ਕੱਢ ਕੇ ਬਾਹਰ ਮਾਰੋ, ਮੇਰੇ ਪੁੱਤ ਤੇ ਦਾ ਪਰਛਾਵਾਂ ਨਹੀਂ ਪੈਣਾ ਚਾਹੀਦਾ, ਨਹੀਂ ਤਾਂ ਪਾਉ ਜਾਏ ਤੂੰ। ਮਾਫ ਕਰੋ ਸਵਰੀਨ ਪੁੱਤਰ ਜੀ, ਪਰ ਤੁਸੀਂ ਕਰਮ ਹੀ ਇਹੋ ਜਿਹੇ ਕੀਤੇ ਕਿ ਕੋਈ ਵੀ ਤੁਹਾਡੇ ਤੇ ਭਰੋਸਾ ਨਹੀਂ ਕਰਦਾ ਪਿਆ। ਹੁਣ ਤੂੰ ਕਿਉਂ ਏਦਾਂ ਕਰਦੀ? ਸਾਨੂੰ ਅੰਤਮ ਸੰਸਕਾਰ ਕਰ ਲੈਂਦੇ। ਸਵਰੀਨ ਪੁੱਤਰ ਜੀ, ਹੋਰ ਤਮਾਸ਼ਾ ਨਾ ਕਰੋ, ਜਸ਼ਨ ਦੀ ਯਾਤਰਾ ਦੇ ਵਿੱਚ ਕੋਈ ਹੋਰ ਵਿਘਨ ਨਾ ਪਾਓ। ਆ ਮੇਰੀ ਪੱਗ ਨੂੰ। ਪਾਪਾ ਜੀ, ਨਹੀਂ ਪਾਪਾ, ਆਹ
ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕੌਰ ਮੂਰਜੁਨੀ ਸੈਭੰ ਗੁਰਪੁਰਸਾਦ ਜਪ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕੌਰ ਮੂਰਜੁਨੀ ਸੈਭੰ ਗੁਰਪੁਰਸਾਦ ਜਪ। 40 ਪਰੌਂਠੇ ਬਣਾਉਣੇ, 20 ਸਾਡੇ ਸਾਰਿਆਂ ਦੇ ਤੇ 20 ਜ਼ੋਰਾ ਭਾਜੀ ਦੇ। ਕਿਉਂ? ਬਸ ਭਾਬੀ ਜੀ, ਮੈਂ ਆਪਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੂੰਗਾ। ਵਾਹਿਗੁਰੂ ਜੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਜ਼ੋਰੇ ਪੁੱਤਰ ਜੀ, ਬਾਕੀ ਦੀ ਸੰਗਤ ਤਾਂ ਇੱਥੇ ਲੰਗਰ ਖਾ ਲਓ। ਜ਼ਰੂਰਤਮੰਦਾਂ ਲਈ ਜਿਹੜਾ ਪੈਕਡ ਲੰਗਰ, ਉਹ ਤੁਸੀਂ ਆਪ ਗੁਰਦੁਆਰਾ ਸਾਹਿਬ ਜਾ ਕੇ ਵੰਡ ਕੇ ਆਇਓ। ਜੀ ਪਾਪਾ ਜੀ। ਸ਼ਿੰਦੇ। ਹਾਂਜੀ ਭਾਜੀ। ਜਿਹੜਾ ਗੁਰਦੁਆਰਾ ਸਾਹਿਬ ਲੰਗਰ ਲੈ ਕੇ ਜਾਣਾ, ਉਹ ਲੈ ਆਓ ਨਾਲੇ। ਪਰੇਸ਼ਾਨ ਨੀ ਹੋਣਾ, ਰਾਤ ਦੀ ਰੋਟੀ ਦਾ ਇੰਤਜ਼ਾਮ ਵੀ ਘਰੋਂ ਹੋ ਜਾਏਗਾ। ਉਹ ਤਾਂ ਚੰਗਾ ਹੋਇਆ ਕਿ ਚੁਲਬੁਲੀ ਆ ਗਈ, ਇਸ ਕਰਕੇ ਚਾਹ ਦੇ ਨਾਲ ਕੁਛ ਖਾਣ ਪੀਣ ਦਾ ਇੰਤਜ਼ਾਮ ਵੀ ਹੋ ਗਿਆ। ਜੁਨੀ ਮੈਡਮ ਜੀ, ਮੈਨੂੰ ਮਾਫ ਕਰ ਦਿਓ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ। ਮੈਂ ਉਸ ਚੁੜੈਲ ਸਵਰੀਨ ਦੀਆਂ ਗੱਲਾਂ ਚ ਆ ਗਈ ਸੀ। ਇਹ ਤੂੰ ਕੀ ਕਰ ਰਹੀ ਹੈ ਚੁਲਬੁਲੀ? ਚੱਲ ਉੱਠ, ਵਿਖਿਆਨਾ ਉੱਠ। ਦੇਖ, ਇਹ ਵੇਲਾ ਇਹ ਸਭ ਗੱਲਾਂ ਕਰਨ ਦਾ ਨਹੀਂ,
ਜਿੱਥੇ ਤੂੰ ਸਵਰੀਨ ਦੇ ਨਾਲ ਰਲ ਕੇ ਜੋ ਕੁਛ ਵੀ ਕੀਤਾ ਇਸ ਪਰਿਵਾਰ ਨਾਲ, ਉਹਦੇ ਲਈ ਤੈਨੂੰ ਕਦੇ ਵੀ ਮਾਫ਼ ਨਹੀਂ ਕੀਤਾ ਜਾ ਸਕਦਾ। ਸ਼ਿੰਦੇ ਤੂੰ ਵੀ ਮਾਫ਼ ਨਹੀਂ ਕਰਨਾ ਮੈਨੂੰ, ਮੈਨੂੰ ਮਾਫ਼ ਕਰ ਦਿਓ, ਮੈਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਹੈ। ਸਮਝਾਣਾ ਅਰਜੁਨੀ ਮੈਡਮ ਨੂੰ, ਮੈਂ ਬਹੁਤ ਸ਼ਰਮਿੰਦਾ ਆਪਣੀ ਕਰਤੂਤਾਂ ਤੋਂ, ਮੈਨੂੰ ਨਹੀਂ ਪਤਾ ਕਿ ਮੇਰਾ ਕੀ ਹੋਊਗਾ, ਹੁਣ ਤਾਂ ਮੈਂ ਮਰ ਜਾਣਾ। ਮਰਨ ਦੇ ਸਿਵਾ ਹੋਰ ਕੋਈ ਰਾਸਤਾ ਵੀ ਨਹੀਂ ਹੈ ਮੇਰੇ ਕੋਲ, ਬਸ ਤੁਸੀਂ ਮੈਨੂੰ ਇੱਕ ਵਾਰੀ ਮਾਫ਼ ਕਰ ਦਿਓ ਤਾਂ ਮੈਂ ਚੈਨ ਨਾਲ ਮਰ ਜਾਊਂਗੀ, ਮੈਨੂੰ ਮਾਫ਼ ਕਰ ਦਿਓ। ਚੁਲਬਲੀ ਦੇਖ, ਤੂੰ ਮੇਰੇ ਪੈਰ ਛੱਡ ਤੇ ਖੜੀ ਹੋ ਜਾ। ਸ਼ਿੰਦੇ ਕਹਿ ਦੇ ਕਿ ਕੀਤਾ ਇਹਨੂੰ ਮਾਫ਼ ਤੇ ਦਿੱਤਾ ਇੱਕ ਮੌਕਾ, ਪਰ ਇਹ ਗੱਲ ਚੰਗੀ ਤਰ੍ਹਾਂ ਸਮਝਾ ਦੇ ਕਿ ਹੁਣ ਇਹਦੇ ਉੱਤੇ ਪੂਰੀ ਚੰਗੀ ਨਜ਼ਰ ਰੱਖੀ ਜਾਊਗੀ, ਇਹਨੂੰ ਕਿਤੇ ਜਾਣ ਦੀ ਕੋਈ ਲੋੜ ਨਹੀਂ, ਇੱਥੇ ਰਹਿ ਸਕਦੀ ਹੈ। ਅੱਗੇ ਤੋਂ ਮੈਂ ਧਿਆਨ ਰੱਖੂੰਗੀ ਮੈਡਮ ਜੀ, ਮੈਂ ਲਾਇਆ ਹਿਸਾਬ, ਹੁਣ ਤਾਂ ਮੈਨੂੰ ਅਕਲ ਆਈ ਗਈ ਹੈ ਤੇ ਮੈਂ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦੀ ਕਿ ਚੰਗੇ ਬੰਦਿਆਂ ਨਾਲ ਮਾੜਾ ਕਰਨ ਵਾਲੇ ਦਾ ਕੱਖ ਨਹੀਂ ਰਹਿੰਦਾ। ਜਿੱਦਾਂ ਪੀਪੀ ਮੰਤਰੀ ਨਾਲ ਹੋਇਆ, ਉਹਨਾਂ ਦਾ ਘਰ ਵਾਲਾ ਤੁਰ ਗਿਆ, ਨਾ ਉਹ ਮੰਤਰੀ ਰਹੇ ਤੇ ਨਾ ਉਹਨਾਂ ਦਾ ਘਰ ਵਾਲਾ, ਪਰ ਜੇ ਅਗਰ ਸਵੀਨ ਦਾ ਫੋਨ ਆਇਆ ਮੈਨੂੰ ਤਾਂ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਹੀ ਦੱਸੂਗੀ ਮੈਡਮ ਜੀ। ਜਸ਼ਨ ਦੀ ਬੜੀ ਯਾਦ ਆਉਂਦੀ ਪਈ ਹੈ, ਜਾਣ ਵਾਲਿਆਂ ਦਾ ਚੇਤਾ ਭੁੱਲਿਆ ਜਾਂਦਾ ਪਿਆ। ਇਹ ਤਾਂ ਮੇਰੇ ਦਿਲ ਦਾ ਟੁਕੜਾ ਸੀ ਭੈਣ ਜੀ, ਮੈਂ ਸੋਚਦਾ ਸੀ ਕਿ ਕੀ ਸੋਚਦੇ ਸੀ ਵੀਰ ਜੀ, ਕਿ ਮੈਂ ਜਸ਼ਨ ਬਾਰੇ ਕੁਛ ਨਹੀਂ ਕਰ ਸਕਿਆ। ਨਹੀਂ ਨਹੀਂ ਵੀਰ ਜੀ, ਤੁਸੀਂ ਏਦਾਂ ਨਾ ਸੋਚੋ, ਤੁਸੀਂ ਉਹਦੇ ਲਈ ਬਹੁਤ ਕੁਛ ਕੀਤਾ, ਕੋਈ ਕਮੀ ਨਹੀਂ ਰਹਿਣ ਦਿੱਤੀ। ਨਹੀਂ, ਮੈਂ ਆਪਣੇ ਪਿਓ ਹੋਣ ਦਾ ਫਰਜ਼ ਨਹੀਂ ਨਿਭਾ ਸਕਿਆ ਭੈਣ ਜੀ। ਭੈਣ ਜੀ, ਸਹੁਰੇ ਪੁੱਤਰ ਜੀ ਨੂੰ ਤਾਂ ਜੁਨੀ ਪੁੱਤਰ ਜੀ ਵਰਗੀ ਨੂੰ ਉਹਦਾ ਸਾਥ ਮਿਲ ਗਿਆ ਸੀ, ਉਹਨਾਂ ਨੇ ਉਹਨੂੰ ਸਾਂਭ ਲਿਆ ਸੀ, ਪਰ ਜਸ਼ਨ ਪੁੱਤਰ ਜੀ ਨੂੰ ਤਾਂ ਕੋਈ ਸਾਂਭਣ ਵਾਲਾ ਵੀ ਨਹੀਂ ਸੀ।
ਮੈਂ ਕਦੇ ਵੀ ਉਹਨਾਂ ਨੂੰ ਉਹਨਾਂ ਦੇ ਹਿੱਸੇ ਦਾ ਪਿਆਰ ਨਹੀਂ ਦਿੱਤਾ ਮੈਂ ਜੀ। ਮੈਨੂੰ ਤਾਂ ਬਹੁਤ ਚਿਰ ਤੱਕ ਇਹ ਨਹੀਂ ਪਤਾ ਚੱਲਿਆ ਕਿ ਉਹ ਸ਼ਰਾਬ ਪੀਣ ਲੱਗ ਪਿਆ ਸੀ, ਤਾਂ ਉਹ ਵਿਗੜ ਗਿਆ ਪਿਆ ਸੀ। ਮੈਂ ਕਦੇ ਵੀ ਉਹਦਾ ਸਾਥ ਨਹੀਂ ਦੇ ਸਕਿਆ। ਨਹੀਂ ਵੀਰ ਜੀ, ਸਿਆਣੇ ਕਹਿੰਦੇ ਨੇ ਨਾ, ਬਹੁਤਾ ਪਿਆਰ ਦੇ ਨਾ ਬੱਚੇ ਵਿਗੜਦੇ ਆ, ਘੱਟ ਪਿਆਰ ਨਾਲ ਥੋੜੇ ਵਿਗੜਦੇ ਨੇ। ਤੁਸੀਂ ਏਦਾਂ ਨਾ ਸੋਚੋ। ਪਰ ਭੈਣ ਜੀ, ਅੱਜ ਨਾ ਉਹਦੀ ਯਾਦ, ਉਹਦੇ ਨਾਲ ਬਿਤਾਇਆ ਹਰ ਦਿਨ ਬਾਰ ਬਾਰ ਯਾਦ ਆਈ ਜਾਂਦਾ ਭੈਣ ਜੀ। ਸਿਆਣੇ ਕਹਿੰਦੇ ਨੇ ਕਿ ਜਦੋਂ ਪੁੱਤ ਜਵਾਨ ਹੋ ਜਾਏ ਨਾ, ਤਾਂ ਪਿਓ ਦਾ ਦੋਸਤ ਬਣ ਜਾਂਦਾ। ਪਰ ਮੈਂ ਕਦੇ ਵੀ ਉਹਦਾ ਦੋਸਤ ਨਹੀਂ ਬਣ ਸਕਿਆ, ਤਾਂ ਤਾਂ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਦੋਸਤਾਂ ਦੇ ਨਾਲ ਬਹਿ ਕੇ ਕੱਟ ਲਈ। ਮੈਨੂੰ ਤਾਂ ਇਹ ਸੋਚ ਕੇ ਵੀ ਸ਼ਰਮ ਆਉਂਦੀ ਹੈ ਕਿ ਤੂੰ ਬਾਜਵਾ ਪਰਿਵਾਰ ਦੀ ਨੂੰਹ ਹੈ। ਸਾਨੂੰ ਵੀ ਮੌਕਾ ਦੇ ਸੇਵਾ ਕਰਨ ਦਾ। ਕੀ ਬਣ ਗਿਆ, ਇੰਨਾ ਕੁਛ ਹੋ ਗਿਆ, ਇੰਨਾ ਕੁਛ ਹੋਣ ਦੇ ਬਾਅਦ ਮੈਂ ਹੁਣ ਜੀ ਨਹੀਂ ਸਕਦੀ। ਮੈਨੂੰ ਕੋਈ ਹੱਕ ਨਹੀਂ ਹੈ ਜੀਣ ਦਾ। ਸਿਆਣੇ ਕਹਿੰਦੇ ਨੇ ਕਿ ਜਦੋਂ ਪੁੱਤ ਜਵਾਨ ਹੋ ਜਾਏ ਨਾ, ਤੂੰ ਪਿਓ ਦਾ ਦੋਸਤ ਬਣ ਜਾਂਦਾ। ਪਰ ਮੈਂ ਕਦੇ ਵੀ ਉਹਦਾ ਦੋਸਤ ਨਹੀਂ ਬਣ ਸਕਿਆ। ਤੁਸੀਂ ਇੱਦਾਂ ਕਿਉਂ ਸੋਚਦੇ ਹੋ ਵੀਰ ਜੀ? ਉਹਨੂੰ ਬਾਹਰ ਰਹਿਣਾ ਖੁਦ ਹੀ ਚੰਗਾ ਲੱਗਦਾ ਸੀ, ਬਾਕੀ ਉਸ ਡਾਢੇ ਅੱਗੇ ਕਿਸੇ ਦਾ ਜ਼ੋਰ ਨਹੀਂ। ਉਹਦਾ ਸਾਥ ਸਾਡੇ ਨਾਲ ਇੰਨਾ ਕੀ ਲਿਖਿਆ ਸੀ, ਤੂੰ ਉਹਨਾਂ ਕਹਿੰਦਾ ਬਾਕੀ ਸਾਡੇ ਨਾਲ ਚਲਾ ਗਿਆ ਵੀਰ ਜੀ, ਚਲਾ ਗਿਆ। ਪਰ ਭੈਣ ਜੀ, ਹਰ ਮਾਂ ਬਾਪ ਦੇ ਆਪਣੀ ਔਲਾਦ ਦੇ ਪ੍ਰਤੀ ਕੁਛ ਸੁਪਨੇ ਹੁੰਦੇ, ਕੁਛ ਆਸ ਮੁਰਾਦਾਂ ਹੁੰਦੀਆਂ ਨੇ। ਜਸ਼ਨ ਪੁੱਤਰ ਜੀ ਦਾ ਵੀ ਵਿਆਹ ਹੋ ਗਿਆ, ਮੈਂ ਉਹਨਾਂ ਦਾ ਘਰ ਹੱਸਦਾ ਵੱਸਦਾ ਦੇਖਣਾ ਚਾਹੁੰਦਾ ਸੀ, ਉਹਨਾਂ ਦੇ ਨਿੱਕੇ ਨਿੱਕੇ ਜਵਾਕਾਂ ਨੂੰ ਕਢਾਵਾਂ।
रुक जा पुत्र। रुक जा पुत्र, चंगी भली जवान लगती है तू। इस उम्र च लोकी मरण दा नाम नहीं लैंदे, तो तू आप मरण लगी है। पुत्र तेरे तो दुगनी तिगनी उम्र हंडा के हटियां मैं। एक गल तेनु जरूर दसूंगी, हुण तां तू इह सोच के मर जाएगी कि कुछ ठीक नहीं होना, पर मरण ते बाद तेनु किद्दां पता लगू कि सारा कुछ किद्दां ते किवें ठीक हो गया। हुण कुछ ठीक नहीं होना माता जी, मेरी किस्मत विच तां हुण रोज रोज ही मरना लिखिया। चंगा तां इही है कि मैं इक्को वारी मर जावा। किस्मत च की लिखिया तेनू की पता? की पता तेरी किस्मत च लिखिया हो कि कल दिन चढ़दे ही तेरी सारियां मुसीबतां खत्म हो जान। तुहानू पता ना भैन जी, निक्के हुंदे जचन मेरे मोंडिया तो थले नहीं सी उतरदा हुंदा, सारा दिन चिंबड़िया रहिंदा सी। उदों तां घर दे नेड़े वाली पैली आपां खरीदी भी नहीं, ਪੈਲੀ ਵੀ ਘਰ ਤੋਂ ਬਹੁਤ ਦੂਰ ਸੀ। ਸਹੁਰਾ ਤਾਂ ਦੌੜ ਕੇ ਭੱਜ ਕੇ ਚਲਿਆ ਜਾਂਦਾ ਸੀ। ਜਸ਼ਨ ਉਹ ਤਾਂ ਮੇਰੇ ਮੋਢੇ ਤੇ ਹੀ ਚੜਿਆ ਰਹਿੰਦਾ ਸੀ। ਕਿੱਦਾਂ ਬੁਲਾਵਾਂ ਭੈਣ ਜੀ ਉਹਨੂੰ? ਜੋ ਹੋਣ ਵਾਲਾ ਹੁੰਦਾ ਨਾ ਪੁੱਤ, ਉਹਨੂੰ ਦੇਖਣ ਲਈ ਜੀਣਾ ਪੈਂਦਾ ਹੈ। ਮੈਂ ਵੱਡੇ ਵੱਡਿਆਂ ਨੂੰ ਥੱਲੇ ਡਿੱਗ ਕੇ ਦੁਬਾਰਾ ਉੱਠਦਿਆਂ ਦੇਖਿਆ ਹੈ, ਮਾੜਿਆਂ ਨੂੰ ਚੰਗੇ ਬਣਦੇ ਤੇ ਮੰਗਤਿਆਂ ਨੂੰ ਰਾਜੇ ਬਣਦੇ ਦੇਖਿਆ ਹੈ। ਹਾਰ ਮੰਨਣੀ ਤਾਂ ਬਹੁਤ ਸੌਖੀ ਹੈ ਪੁੱਤ, ਪਰ ਜੀਣਾ ਬੜਾ ਔਖਾ ਹੈ। ਜਿਹੜਾ ਜਿਉਂਦਾ ਨਾ ਲੋਕ ਉਹਨਾਂ ਦੀ ਇੱਜ਼ਤ ਵੀ ਕਰਦੇ ਨੇ। ਮਰਿਆਂ ਦਾ ਤਾਂ ਤੈਨੂੰ ਪਤਾ ਹੀ ਹੈ, ਪਿੱਠ ਪਿੱਛੇ ਲੋਕਾਂ ਦੀ ਗੱਲਾਂ ਹੀ ਹੁੰਦੀਆਂ ਨੇ। ਜਿੱਦਾਂ ਦੀ ਕਰਤੂਤਾਂ ਮੈਂ ਕੀਤੀਆਂ ਨੇ, ਉਸ ਤੋਂ ਬਾਅਦ ਤਾਂ ਮੈਨੂੰ ਕਿਸੇ ਨੇ ਪਾਣੀ ਵੀ ਨਹੀਂ ਪੁੱਛਣਾ ਮਾਤਾ ਜੀ। ਬੰਦਾ ਆਪਣੇ ਕਰਮ ਬਦਲ ਲਵੇ ਤੇ ਦੁਨੀਆਂ ਆਪੇ ਹੀ ਬਦਲ ਜਾਂਦੀ ਹੈ ਪੁੱਤ, ਤੂੰ ਹਿੰਮਤ ਨਾ ਹਾਰ। ਦਾਦੀ ਜੀ, ਦਾਦੀ ਅੰਮਾ ਚਲੀਏ।